ਸਾਡੇ ਨਾਲ ਸ਼ਾਮ ਜਵੈਲਰ ਦੇ ਓਨਰ ਅਰਿੰਦਰ ਸਿੰਘ ਜੀ ਨੇ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਅਰਿੰਦਰ ਜੀ, ਕਿਉਂਕਿ ਬਜਟ ਤੋਂ ਬਾਅਦ ਜਿਸ ਤਰ੍ਹਾਂ ਦੀ ਚੀਜ਼ਾਂ ਦੇਖਣ ਨੂੰ ਮਿਲੀ ਹੈ, ਕਿਸ ਤਰ੍ਹਾਂ ਫਰਕ ਪਿਆ? ਫਰਕ ਇਸ ਤਰ੍ਹਾਂ, ਗੋਲਡ ਦੇ ਰੇਟ ਦੇ ਕਾਫੀ ਫਰਕ ਪਿਆ, ਅਪਰੋਕਸੀਮੇਟ 3-4 ਹਜ਼ਾਰ ਡਾਊਨ ਹੋ ਗਿਆ ਕਸਟਮ ਡਿਊਟੀ ਕੱਟਣ ਦੇ ਨਾਲ। ਅੱਛਾ, ਤੇ ਵੈਸੇ ਪਿੱਛੇ ਰੇਟ ਤੇ ਸੇਮ ਹੈ ਇਹਦਾ ਜਦੋਂ ਆ ਰਿਹਾ ਗੋਲਡ ਸੋਰਸ ਜਿਹੜਾ ਹੈਗਾ। ਬਾਕੀ ਜੇ ਇੱਧਰ ਕਸਟਮ ਡਿਊਟੀ ਇੰਡੀਆ ਬਜਟ ਬਾਅਦ ਘੱਟ ਗਈ ਹੈ, 3-4 ਹਜ਼ਾਰ ਫਰਕ ਪੈ ਗਿਆ ਅਪਰੋਕਸੀਮੇਟ। ਠੀਕ ਹੈ ਸਰ, ਇਹ ਥੋੜ੍ਹਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰੋਗੇ ਕਿ ਜਿਹੜੀ ਕਸਟਮ ਡਿਊਟੀ ਹੁੰਦੀ ਹੈ ਕਿਸ ਤਰ੍ਹਾਂ ਫਰਕ ਪੈਂਦਾ ਹੈ? ਕਿਉਂਕਿ ਜਿੱਦਾਂ ਤੁਸੀਂ ਕਿਹਾ ਰੇਟ ਤਾਂ ਉਹਨਾਂ ਹੀ ਹੈ, ਲੇਕਿਨ ਕਸਟਮ ਡਿਊਟੀ ਜਿਹੜੀ ਹੈ ਉਹ ਕੱਟਣ ਕਾਰਨ ਜਿਹੜਾ ਕਾਫੀ ਰਾਹਤ ਆਈ ਹੈ। ਕਸਟਮ ਡਿਊਟੀ ਘੱਟ ਗਈ ਹੈ, ਮੇਨ ਤਾਂ ਕਸਟਮ ਡਿਊਟੀ ਦਾ ਰੇਟ ਫਰਕ ਪਿਆ, 5-6 ਪੁਆਇੰਟ ਘਟੀ ਕਸਟਮ ਡਿਊਟੀ, ਤੇ ਉਸ ਨਾਲ ਫਰਕ 3-4 ਹਜ਼ਾਰ ਪੈ ਗਿਆ। ਠੀਕ ਹੈ, ਹਾਂਜੀ। ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲਦਾ? ਉਸ ਤੋਂ ਬਾਅਦ ਰੇਟ ਡਾਊਨ ਹੈ, ਲੋਕਾਂ ਨੂੰ ਕਾਫੀ ਅੱਛਾ ਲੱਗ ਰਿਹਾ, ਲੋਕ ਕਾਫੀ ਪਰਚੇਜ਼ਿੰਗ ਕਰ ਰਹੇ ਹਨ। ਠੀਕ ਹੈ, ਹਾਂਜੀ। ਤੇ ਹੋਰ ਕਿਸ ਤਰ੍ਹਾਂ ਦਾ ਤੁਸੀਂ ਹੋਰ ਵੀ ਆਫਰਸ ਕੁਝ ਦੇ ਰਹੇ ਹੋ ਜਾਂ ਕਿਸ ਤਰ੍ਹਾਂ, ਕਿਉਂਕਿ ਦੇਖਿਆ ਜਾ ਰਿਹਾ ਕਿ ਲੋਕਾਂ ਨੂੰ ਆਫਰ ਜੀ ਹੈ ਨਹੀਂ, ਵੈਸੇ ਲੋਕ ਖਰੀਦ ਰਹੇ ਹਨ, ਕਾਫੀ ਡਿਮਾਂਡ ਆ ਰਹੀ, ਕਾਫੀ ਇਨਕੁਆਇਰੀ ਆ ਰਹੀ ਹੈ, ਤੇ ਆਨ ਟਾਈਮ ਸੇਲ ਵਧੇਗੀ ਇਸ ਤਰ੍ਹਾਂ। ਸਰ, ਬਜਟ 'ਚ ਕਿਸ ਤਰ੍ਹਾਂ ਦੀ ਉਮੀਦ ਸੀਗੀ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਬਜਟ ਨੂੰ? ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਕਈ ਨਾਰਾਜ਼ਗੀ ਵੀ ਜਤਾ ਰਹੇ ਨੇ, ਲੇਕਿਨ ਆਪਾਂ ਗੋਲਡ ਦੀ ਅਸੀਂ ਗੱਲ ਕਰ ਲਈਏ, ਸਿਲਵਰ ਦੀ ਅਸੀਂ ਗੱਲ ਕਰ ਲਈਏ, ਹੋਰ ਵੀ ਮੋਬਾਈਲ ਚਾਰਜਰ ਦੀ ਗੱਲ ਕਰ ਲਈਏ, ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈ? ਨਹੀਂ, ਸਾਨੂੰ ਤਾਂ ਮੇਨ ਗੋਲਡ ਦੀ ਲਾਈਨ ਹੈ, ਗੋਲਡ ਬਾਰੇ ਨੌਲੇਜ ਹੈ, ਗੋਲਡ ਬਾਰੇ ਕੋਈ ਪੁੱਛੋ ਦੱਸ ਦਿਆਂਗੇ। ਠੀਕ ਹੈ, ਗੋਲਡ ਦੇ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਦੇ ਦਿਓ ਕਿ ਜੇ ਆਪਾਂ ਥੋੜ੍ਹਾ ਬਜਟ ਦੀ ਗੱਲ ਕਰੀਏ, ਜਿਹੜੀ ਕਸਟਮ ਡਿਊਟੀ ਹੈ, ਜੇ ਪਿਛਲੇ ਬਜਟ ਦੀ ਅਸੀਂ ਗੱਲ ਕਰ ਲਈਏ, ਕੰਪੈਰੀਜ਼ਨ ਕਰ ਲਈਏ, ਤਾਂ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਇਹਦੇ ਵਿੱਚ? ਇਹ ਡਿਊਟੀ ਪਹਿਲੇ 2-3 ਸਾਲ ਤੋਂ ਸੇਮ ਤਕਰੀਬਨ ਚੱਲ ਰਹੀ ਹੈ ਜੀ। ਪਹਿਲੇ ਹਾਰਡ ਪਲੱਸ ਹੁੰਦੀ ਸੀ, ਇਸ ਵਾਰ ਪਹਿਲੀ ਵਾਰ ਹੋਇਆ 4-5 ਸਾਲ ਬਾਅਦ ਮਾਈਨਸ ਤੇ ਗਈ ਹੈ। ਠੀਕ ਹੈ, ਮਾਈਨਸ ਹੁੰਦਾ ਰੀਜ਼ਨ ਕਈ ਵਾਰ ਇਹ ਵੀ ਹੁੰਦਾ ਜਿਸ ਤਰ੍ਹਾਂ ਬਾਅਦ ਸਮਗਲਿੰਗ ਆਉਂਦੀ ਹੈ, ਜਿਹੜੀ ਸਮਗਲਿੰਗ ਥੋੜ੍ਹੀ ਘੱਟ ਜਾਏਗੀ ਇਸ ਤਰ੍ਹਾਂ ਆਉਣ ਲਈ, ਸਮਗਲਿੰਗ 'ਚ ਵੀ ਥੋੜ੍ਹਾ ਜਿਹਾ ਸਮਗਲਿੰਗ ਨੂੰ ਮਿਲਦਾ, ਸਮਗਲਿੰਗ ਘੱਟ ਜਾਏਗੀ ਨਾ, ਰੇਟ ਦਾ ਡਿਫਰੈਂਸ ਘਟੇਗਾ। ਪਹਿਲੇ ਰੇਟ ਦਾ ਡਿਫਰੈਂਸ ਹੁੰਦਾ ਜੀ, ਬਾਹਰ ਅਤੇ ਇੰਡੀਆ 'ਚ 5 ਹਜ਼ਾਰ ਡਿਫਰੈਂਸ ਹੁੰਦਾ ਜੀ, 5-6 ਹਜ਼ਾਰ ਦਾ ਅਪਰੋਕਸੀਮੇਟ 10-20 ਡਿਫਰੈਂਸ ਹੋ ਜਾਂਦਾ ਜੀ, 5-7 ਹਜ਼ਾਰ ਉਹ ਡਿਫਰੈਂਸ ਨੂੰ ਘੱਟ ਗਿਆ, ਡਿਫਰੈਂਸ ਅੱਧਾ ਰਹਿ ਹਾਫ ਰਹਿ ਗਿਆ। ਉਸ ਦੇ ਨਾਲ ਹੁਣ ਸਮਗਲਿੰਗ ਜਿਹੜੇ ਕਰਨ ਵਾਲੇ ਹੈ ਉਹਨਾਂ ਨੂੰ ਕੋਈ ਪ੍ਰੋਫਿਟ ਘੱਟ ਜਾਏਗਾ ਅਤੇ ਸਮਗਲਿੰਗ ਘੱਟ ਜਾਏਗੀ, ਫਰਕ ਪਏ ਤਾਂ ਉਸ ਗੌਰਮੈਂਟ ਨੂੰ ਅੱਛੀ ਡਿਊਟੀ ਮਿਲੇਗੀ ਤੇ ਗੌਰਮੈਂਟ ਨੂੰ ਅੱਛਾ ਰੈਵਨਿਊ ਮਿਲੇਗਾ। ਸਰ, ਕਿੰਨੇ ਸਾਲਾਂ ਬਾਅਦ ਜਿਹੜੀ ਹੈਗੀ ਚੇਂਜਿਸ ਦੇਖਣ ਨੂੰ ਮਿਲੀ ਹੈ ਜੀ ਆਪਾਂ ਗੱਲ? ਇਹ ਅੰਦਾਜ਼ਾ 4-5 ਸਾਲ ਬਾਅਦ ਮਿਲੀ ਹੈ ਜੀ, ਕਿ ਪਹਿਲੇ ਹਾਰਡ ਪਲੱਸ ਹੁੰਦੀ ਹੈ, ਪਹਿਲੀ ਵਾਰ ਡਾਊਨ ਹੋਈ ਹੈ ਡਿਊਟੀ, ਹਾਂਜੀ ਹਾਂਜੀ। ਇਸ ਨੂੰ ਲੋਕਾਂ ਨੂੰ ਬਹੁਤ ਰਾਹਤ ਮਿਲੀ ਹੈ, ਆਮ ਪਬਲਿਕ ਬਹੁਤ ਖੁਸ਼ ਹੈ, ਕਿ ਜਿਹੜੀ ਚੀਜ਼ ਉਹਨੂੰ ਮਿਲਦੀ ਸੀ ਸਮਝ ਲਓ 70 ਤੱਕ ਮਿਲ ਰਹੀ ਸੀ, ਉਹ 66 ਤੱਕ ਮਿਲ ਰਹੀ ਹੈ, 4-5 ਹਜ਼ਾਰ ਮਤਲਬ ਪਹਿਲੇ 3-4 ਹਜ਼ਾਰ ਜਿਹੜਾ। ਇਹ ਤਾਂ ਫਰਕ ਤਾਂ ਓਬਵੀਅਸਲੀ 3-4 ਹਜ਼ਾਰ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਹੈ, ਗੋਲਡ ਦੇ 5-6 ਰੁਪਏ ਬਹੁਤ ਫਰਕ ਹੁੰਦਾ, 3-4 ਹਜ਼ਾਰ ਫਰਕ ਤਾਂ ਬਹੁਤ ਜ਼ਿਆਦਾ ਗਿਣਿਆ ਜਾਂਦਾ। ਹਾਂਜੀ, ਲੋਕਾਂ ਦੀ ਵੀ ਜਿਹੜੀ ਹੈ ਭੀੜ ਸਰ, ਐਕਸਾਈਟਮੈਂਟ ਹੈਗੀ? ਹਾਂ, ਐਕਸਾਈਟਮੈਂਟ ਬਹੁਤ ਹੈ ਜੀ, ਬਹੁਤ ਜ਼ਿਆਦਾ, ਪਰ ਥੋੜ੍ਹੀ ਜਿਹੀ ਠੀਕ ਵੀ, ਪਰ ਥੋੜ੍ਹਾ ਹਾਲੇ ਲੋਕਾਂ ਦਿਮਾਗ 'ਚ ਸ਼ਾਇਦ ਹੋਰ ਡਾਊਨ ਹੋ ਜਾਏਗਾ, ਪਰ ਇਹ ਡਾਊਨ ਹੋ ਗਿਆ, ਪਿੱਛੇ ਰੇਟ ਤਾਂ ਸੇਮ ਹੈ, ਸਿਰਫ ਕਸਟਮ ਡਿਊਟੀ ਡਾਊਨ ਜੋ ਹੋਇਆ ਉਸਦਾ ਅਸਰ ਪੈ ਚੁੱਕਿਆ ਇਸਦਾ। ਤੁਹਾਨੂੰ ਲੱਗਦਾ ਜਿੱਦਾਂ ਤੁਹਾਡਾ ਕੁਐਸਚਨ ਹੈ, ਕਿਉਂਕਿ ਲੋਕਾਂ ਦੀ ਕਈ ਕੁਐਰੀਜ਼ ਵੀ ਸੀਗੀ ਕਿ ਹੋਰ ਵੀ ਡਾਊਨ ਹੋ ਸਕਦਾ ਹੈ ਆਉਣ ਵਾਲੇ? ਨਹੀਂ, ਡਾਊਨ 'ਤੇ ਅਸਰ ਹੁੰਦਾ ਨਾ ਕਸਟਮ ਡਿਊਟੀ, ਉਸੇ ਟਾਈਮ ਅਸਰ ਹੋ ਜਾਂਦਾ, ਕਸਟਮ ਡਿਊਟੀ ਡਾਊਨ ਹੁੰਦੀ 3-4 ਘੰਟੇ ਅਸਰ ਆ ਜਾਂਦਾ ਸਾਰਾ ਜੋ ਮਾਰਕੀਟ ਦਾ। ਉਸ ਤੋਂ ਬਾਅਦ ਤਾਂ ਅਗਰ ਪਿੱਛੇ ਰੇਟ ਡਾਊਨ ਹੋ ਜਾਵੇ ਫਿਰ ਡਾਊਨ ਹੋਏਗਾ, ਜੇ ਪਿੱਛੇ ਡਾਊਨ ਨਹੀਂ ਹੋਏਗਾ ਫਿਰ ਰੇਟ ਤਕਰੀਬਨ ਇਹੀ ਸੇਮ ਰਹੇਗਾ। ਠੀਕ ਹੈ, ਰੇਟ ਡਾਊਨ ਹੋਏਗਾ ਤਾਂ ਉਹਦੇ ਕੁਛ ਹੁੰਦੇ ਆ ਸਾਰ ਜਾਂ ਫਿਰ ਉਹਦਾ ਕੋਈ ਲਿੰਕ? ਉਹ ਤਾਂ ਇੰਟਰਨੈਸ਼ਨਲ ਮਾਰਕੀਟ ਦੇ ਰੇਟ ਹੈ ਨਾ ਜੀ, ਇੰਟਰਨੈਸ਼ਨਲ ਮਾਰਕੀਟ ਦੇ ਰੇਟ ਹੈਗੇ, ਉਹ ਤੇ ਇੰਟਰਨੈਸ਼ਨਲ ਲੈਵਲ ਨਾਲ ਚੱਲਣਾ, ਉਹ ਇੰਡੀਆ ਨਾਲ ਕੋਈ ਲਿੰਕ ਨਹੀਂ ਹੈਗਾ। ਠੀਕ ਹੈ, ਹਾਂਜੀ, ਉਹ ਪਲੱਸ ਵੀ ਹੋ ਸਕਦਾ ਮਾਈਨਸ ਵੀ, ਦੋਨੋਂ ਹੋ ਸਕਦੇ ਆ ਜੀ। ਤੇ ਬਹੁਤ ਸਾਰੀ ਚੀਜ਼ਾਂ ਨੇ ਜਿੱਦਾਂ ਸਰ ਨੇ ਜਾਣਕਾਰੀ ਵੀ ਦਿੱਤੀ ਹੈ ਕਿ ਜਿਹੜੀ ਕਸਟਮ ਡਿਊਟੀ ਜਿਹੜੀ ਬਜਟ ਨੂੰ ਲੈ ਕੇ ਘਟਾਈ ਗਈ, ਉਹਦੇ ਵਿੱਚ ਲੋਕਾਂ ਨੂੰ ਜ਼ਰੂਰ ਰਾਹਤ ਮਿਲੀ, ਉਹ ਸਮਗਲਿੰਗ ਇਹਦੇ ਵਿੱਚ ਅਹਿਮ ਪੁਆਇੰਟ ਹੈ ਕਿ ਸਮਗਲਿੰਗ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਫਰਕ ਪਏਗਾ, ਜਿਹੜੀ ਸਮਗਲਿੰਗ ਹੁੰਦੀ ਸੀ ਉਹਦੇ ਵਿੱਚ ਮੋਸਟ ਪ੍ਰੋਬਲੀ ਸਰ 3-4 ਹਜ਼ਾਰ ਦਾ ਜਾਂ 4-5 ਹਜ਼ਾਰ ਦਾ ਫਰਕ ਪੈਂਦਾ ਸੀਗਾ। ਪਹਿਲੇ ਫਰਕ ਜ਼ਿਆਦਾ ਪੈਂਦਾ ਸੀ ਨਾ ਜੀ, ਕਮ ਸੇ ਕਮ ਹੀ ਅਪਰੋਕਸੀਮੇਟ 6-7 ਹਜ਼ਾਰ ਫਰਕ ਪੈਂਦਾ ਸੀ, ਹੁਣ ਰਹਿ ਗਿਆ 3-4 ਹਜ਼ਾਰ। ਫਿਰ ਜਿਹੜਾ ਸਮਗਲਿੰਗ ਕਰਨ ਵਾਲੇ ਬੰਦੇ ਆ ਉਹ ਥੋੜ੍ਹਾ ਜਿਹਾ ਮਹਿਸੂਸ ਕਰਨਗੇ ਪ੍ਰੋਫਿਟ ਉਹਨਾਂ ਦਾ ਘੱਟ ਗਿਆ, ਅਤੇ ਉਹ ਥੋੜ੍ਹਾ ਜਿਹਾ
ਸਮਗਲਿੰਗ ਹੋ ਰਹੀ ਸੀ ਪਿਛਲੇ ਦਿਨਾਂ ਕਦੇ ਕਈ ਵਾਰੀ ਜਿਹੜੀ ਕਸਟਮ ਅਧਿਕਾਰੀਆਂ ਵੱਲੋਂ ਗੋਲਡ ਦੇ ਜਿਹੜੇ ਬਿਸਕੁਟ ਨੇ ਹੋਰ ਵੀ ਚੀਜ਼ਾਂ ਜਿਹੜੀ ਹੈ ਉਹ ਰਿਕਵਰ ਕੀਤੀ ਗਈ ਸੀ ਲੇਕਿਨ ਹੁਣ ਕਸਟਮ ਡਿਊਟੀ ਘਟੀ ਹੈ ਨੈਚੁਰਲੀ ਹੈ ਕਿ ਉਹਦਾ ਜਿਹੜਾ ਰੇਟ ਹੈ ਉਹ ਘਟੂਗਾ ਤੇ ਲੋਕਾਂ ਚ ਵੀ ਕਾਫੀ ਐਕਸਾਈਟਮੈਂਟ ਦੇਖਣ ਨੂੰ ਮਿਲ ਰਹੀ ਸ਼ਾਪਿੰਗ ਕੀਤੀ ਜਾ ਰਹੀ ਹੈ ਗੋਲਡ ਆਰਨੋਮੈਂਟ ਜਿਹੜੇ ਕੱਟ ਜਾਏਗਾ ਨਾ ਜਿਸ ਤੋਂ ਮਾਜੀ ਕੱਟੇਗਾ ਉਹ ਫਿਰ ਕਰੇਗਾ ਨਹੀਂ ਇਤਨੀ ਸਮਗਲਿੰਗ ਕੋਈ ਵੀ ਘੱਟ ਤੋਂ ਘੱਟ ਕਰੇਗਾ ਇਹ ਬਹੁਤ ਅਹਿਮ ਪੁਆਇੰਟ ਹੈ ਕਿ ਜਿਹੜੀ ਸਮਗਲਿੰਗ ਹੈ ਉਹਦੇ ਚ ਜ਼ਰੂਰ ਕਿਤੇ ਨਾ ਕਿਤੇ ਠੱਲ ਜਿਹੜੀ ਹੈ ਉਹ ਪਏਗੀ ਲੇਕਿਨ ਦੂਜੇ ਪਾਸੇ ਲੋਕਾਂ ਚ ਵੀ ਐਕਸਾਈਟਮੈਂਟ ਜਿਹੜੀ ਉਹ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ ਉਹ ਲੋਕੀ ਆਪਣੇ ਪਰਿਵਾਰ ਦੇ ਨਾਲ ਆਪਣੇ ਫਰੈਂਡਸ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਸ਼ੋਪਿੰਗ ਕਰਦੇ ਨਜ਼ਰ ਆ ਰਹੇ ਨੇ ਗੋਲਡ ਆਰਨੋਮੈਂਟਸ ਜਿਹੜੀ ਹੈ ਪਰਚੇਜ਼ ਕਰਦੇ ਨਜ਼ਰ ਆ ਰਹੇ ਨੇ ਮਕਸਦ ਇਹੀ ਹੈ ਕਿ ਜਿਹੜੀ ਗਿਰਾਵਟ ਹੋਈ ਹੈ 70-72 ਹਜ਼ਾਰ ਦਾ ਜਿਹੜਾ ਰੇਟ ਸੀ ਲੇਕਿਨ ਹੁਣ ਸਿੱਧਾ 66 ਸਰ ਕਿੰਨਾ 66 ਹੋ ਗਿਆ 66 ਦੇ ਕਰੀਬ ਹੋ ਗਿਆ ਠੀਕ ਹੈ 66 ਦੇ ਕਰੀਬ ਜਿਹੜਾ ਹੈ ਉਹ ਹੁਣ ਇਸ ਵੇਲੇ ਚੱਲ ਰਿਹਾ ਹੈ ਹਾਲਾਂਕਿ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਰਹਿਣ ਵਾਲਾ ਉਹ ਦੇਖਿਆ ਹੋ ਗਿਆ ਲੇਕਿਨ ਕਸਟਮ ਡਿਊਟੀ ਘਟਣ ਕਾਰਨ ਕਾਫੀ ਜਿਹੜਾ ਫਰਕ ਹੈ ਉਹ ਦੇਖਣ ਨੂੰ ਮਿਲਿਆ।